ਭਾਅ ਜੀ ਟਿਕਟ ਨਹੀਂ ਤੇਰੇ ਕੋਲ ਫ੍ਰੀ ਚ ਅਸੀਂ ਬਾਂਦੇ ਨਹੀਂ ਤੈਨੂੰ ਠੀਕ ਹੈ ਜੀ ਜਾਓ ਤੁਸੀਂ ਅਸਲਾਮ ਅਲੈਕੁਮ ਉਮੀਦ ਕਰਦਾ ਤੁਸੀਂ ਸਾਰੇ ਖਰੀਦਣ ਵਾਲੇ ਹੋਗੇ ਜੀ ਅੱਜ ਤੁਹਾਡੇ ਸਾਹਮਣੇ ਅਸੀਂ ਸਪੈਸ਼ਲ ਪ੍ਰੋਗਰਾਮ ਲੈ ਕੇ ਆਏ ਤਾਂ ਅਸੀਂ ਇਸ ਕਿਤੇ ਬਾਹਰ ਕੰਮ 'ਤੇ ਮਾਸ਼ਾਅੱਲਾ ਸਾਡਾ ਇੱਕ ਚਾਹਣ ਵਾਲੇ ਉਹਨਾਂ ਨੂੰ ਕਿਹਾ ਜੀ ਸਾਨੂੰ ਜ਼ਰਾ ਨਜ਼ਾਰੇ ਕਰਾਓ ਬਾਹਰ ਦੇ ਅਤੇ ਅੱਜ ਤੁਹਾਡੇ ਸਾਹਮਣੇ ਕੁਝ ਜ਼ਬਰਦਸਤ ਜਿਹੇ ਨਜ਼ਾਰੇ ਹੋਣਗੇ ਅਤੇ ਉਮੀਦ ਕਰਨਾ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਏਗੀ ਅਤੇ ਚਲੋ ਟਾਈਮ ਜ਼ਾਇਆ ਕਿਤੇ ਬਗੈਰ ਕਰਦੇ ਹਾਂ ਕੰਮ ਸ਼ੁਰੂ ਅਤੇ ਵਿਖਾਉਂਦੇ ਹਾਂ ਅੱਜ ਦਾ ਮਾਹੌਲ ਹੈ ਕੀ ਹੋ ਜਾ ਲਓ ਜੀ ਅਸੀਂ ਜਾਣ ਲੱਗੇ ਜੇ ਟਾਊਨ ਦੇ ਅੰਦਰ ਅਤੇ ਮਾਸ਼ਾਅੱਲਾ ਬਹੁਤ ਹੀ ਜ਼ਬਰਦਸਤ ਬਿਲਡਿੰਗਾਂ ਨੇ ਇਸ ਸਾਈਡ 'ਤੇ ਐਸੀ ਜਗ੍ਹਾ 'ਤੇ ਲੈ ਕੇ ਆਏ ਅਤੇ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਜਗ੍ਹਾ ਅਤੇ ਜ਼ਬਰਦਸਤ ਚੀਜ਼ਾਂ ਨੇ ਜਿਲਕੇ ਦੇ ਅੰਦਰ ਅਤੇ ਮੈਂ ਇੱਕ ਵਾਰੀ ਤਾਂ ਬਾਰਾਂ ਮੈਨੂੰ ਫੜ ਲੈਣੇ ਇੱਥੇ ਮੈਂ ਦੂਰ ਹੀ ਰਹਿੰਦਾ ਇਹਦੇ ਕੋਲੋਂ ਅਤੇ ਅੱਗੇ ਲੈ ਕੇ ਚੱਲਦੇ ਹਾਂ ਅੱਗੇ ਦਾ ਮਾਹੌਲ ਵੀ ਤੁਹਾਨੂੰ ਚੈੱਕ ਕਰਾਉਂਦੇ ਹਾਂ ਸਾਰਾ ਅਤੇ ਘੋੜਾ ਜੋ ਹੈ ਬਹੁਤ ਵੱਡਾ ਮੇਰੇ ਤੋਂ ਬਹੁਤ ਹੀ ਵੱਡਾ ਘੋੜਾ ਹੈ ਅਤੇ ਨਾਲ ਵੀ ਇਹਦੇ ਲੈ ਕੇ ਆਇਆ ਮਾਸ਼ਾਅੱਲਾ ਜੀ ਬਹੁਤ ਹੀ ਜ਼ਬਰਦਸਤ ਹੈ ਪਿੱਛੇ ਮੇਰੇ ਨਜ਼ਾਰੇ ਚੈੱਕ ਕਰ ਰਹੇ ਹੋ ਗਏ ਵਾਹ ਜੀ ਵਾਹ ਬੋਟਾ ਛੋਟਾ ਵੀ ਹੈ ਨਾ ਇਹਨਾਂ ਵਿੱਚ ਡੱਗੀ ਜਾਵਾਂ ਪਿੱਛੇ ਮਾਸ਼ਾਅੱਲਾ ਤੁਹਾਨੂੰ ਚੈੱਕ ਕਰਾਉਂਦੇ ਹਾਂ ਨਜ਼ਾਰਾ ਕਿੰਨਾ ਖੂਬਸੂਰਤ ਹੈ ਅਤੇ ਜਿੱਥੇ ਜਾਓਗੇ ਅਤੇ ਨਜ਼ਾਰੇ ਹੀ ਨਜ਼ਾਰੇ ਨੇ ਐਸੀ ਜਗ੍ਹਾ ਮੈਂ ਵੀ ਪਹਿਲੀ ਦਫ਼ਾ ਵੇਖੀ ਇੱਥੇ ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਤਾਂ ਕਰਨ ਦਾ ਬੰਦਾ ਹੀ ਹੈ ਅਤੇ ਨਾ ਇਹ ਨਾ ਹੋਵੇ ਤੁਸੀਂ ਕਹੋ ਮੈਨੂੰ ਸਾਨੂੰ ਚੈੱਕ ਸ਼ੈੱਕ ਨਹੀਂ ਕਰਾਇਆ ਅਤੇ ਮਾਸ਼ਾਅੱਲਾ ਬੜਾ ਖੂਬਸੂਰਤ ਜਿਹਾ ਵਿਊ ਇੱਥੇ ਅਤੇ ਬਹੁਤ ਹੀ ਪਿਆਰਾ ਦਿਲ ਕਰਦਾ ਬੰਦਾ ਬੈਠਾ ਹੀ ਰਹੇ ਅਤੇ ਮੈਂ ਕੈਮਰੇ ਦਾ ਰੁੱਖ ਚੇਂਜ ਕਰਕੇ ਵਿਖਾਉਂਦਾ ਤੁਹਾਨੂੰ ਜੀ ਨਜ਼ਾਰੇ ਕੀ ਹੋ ਜਾਣੇ ਇੱਥੇ ਦੇ ਚੈੱਕ ਕਰੋ ਜ਼ਰਾ ਮਾਸ਼ਾਅੱਲਾ ਜੀ ਬੋਟਾਂ ਇੱਥੇ ਜ਼ਬਰਦਸਤ ਵਿਊ ਚੈੱਕ ਕਰੋ ਬਹੁਤ ਹੀ ਖੂਬਸੂਰਤ ਵਿਊ ਹੈ ਜਨਾਬ ਤੁਸੀਂ ਕਹੋਗੇ ਕਿਹੜੀ ਕਿਹੜੀ ਚੀਜ਼ ਵਿਖਾਈਏ ਤੁਹਾਨੂੰ ਅੱਗੇ ਜਾਵਾਂਗੇ ਬੋਟਾਂ ਛੋਟਾਂ ਵੀ ਤੁਹਾਨੂੰ ਨਾਲ ਕਰਾਵਾਂਗੇ ਚੈੱਕ ਸ਼ੈੱਕ ਵਾਹ ਜੀ ਵਾਹ ਕਿਆ ਬਾਤਾਂ ਨੇ ਜੀ ਪਾਣੀ ਛਾਣੀ ਵੀ ਹੈ ਕਿੰਨਾ ਖੂਬਸੂਰਤ ਨਜ਼ਾਰਾ ਜੀ ਇੱਥੇ ਆ ਦੇਖਿਆ ਜੇ ਇਹੋ ਜਿਹਾ ਨਜ਼ਾਰਾ ਤੁਹਾਨੂੰ ਕਿਧਰੇ ਹੋਰ ਵੇਖਣ ਨੂੰ ਨਹੀਂ ਮਿਲੇਗਾ ਅਤੇ ਸਿਰਫ ਤੁਹਾਨੂੰ ਇੱਥੇ ਮਿਲੇਗਾ ਅੱਗੇ ਜਾਵਾਂਗੇ ਅੱਗੇ ਦਾ ਮਾਹੌਲ ਵੀ ਤੁਹਾਨੂੰ ਕਰਾਵਾਂਗੇ ਚੈੱਕ ਸ਼ੈੱਕ ਤੁਹਾਨੂੰ ਆਏਗਾ ਪਹਿਲੀ ਦਫ਼ਾ ਮੈਂ ਵੀ ਆਇਆ ਤੇ ਮੈਂ ਵੀ ਤੁਹਾਨੂੰ ਅੱਗੇ ਚੈੱਕ ਕਰਾਵਾਂਗਾ ਤੇ ਅੱਗੇ ਤੁਹਾਨੂੰ ਲੈ ਕੇ ਜਾਵਾਂਗਾ ਸਾਰੀਆਂ ਜਗ੍ਹਾ ਤੇ ਜਿੱਥੇ ਜਿੱਥੇ ਖੂਬਸੂਰਤ ਚੀਜ਼ਾਂ ਵਿਖਾਵਾਂਗਾ ਨਜ਼ਾਰੇ ਬਿਲਕੁਲ ਜ਼ਬਰਦਸਤ ਹੋਣਗੇ ਉਹ ਵੀ ਦੇਸੀ ਮਾਹੌਲ ਦੇ ਅੰਦਰ ਚੱਲਾਂਗੇ ਅੱਗੇ ਪਿੱਛੇ ਦਾ ਮਾਹੌਲ ਤੁਹਾਨੂੰ ਵੋਕ ਥਰੂ ਵੀ ਕਰਾਵਾਂਗੇ ਤੇ ਹੈ ਕਿਹੋ ਜਿਹੀ ਚੀਜ਼ਾਂ ਨੇ ਦਿਲ ਨਹੀਂ ਕਰਦਾ ਕਿਤੇ ਜਾਣ ਦੇ ਨਾਲ ਇੱਥੇ ਰਹਾਂਗੇ ਦੇਖੋ ਬੋਟਾਂ ਛੋਟਾਂ ਇੱਧਰ ਸਾਈਡ 'ਤੇ ਬਿਲਡਿੰਗਾਂ ਕਾਫੀ ਜ਼ਬਰਦਸਤ ਨੇ ਜੀ ਆ ਦੇਖਿਆ ਜੀ ਬੋਟਾਂ ਪਈਆਂ ਨੇ ਕਹਿੰਦੇ ਨੇ ਮੈਨੂੰ ਆ ਜਾ ਮੈਂ ਕਿਹਾ ਨਹੀਂ ਰਹਿਣ ਦਿਓ ਮੈਨੂੰ ਬੋਟ ਚਲਾਉਣੀ ਨਹੀਂ ਆਉਂਦੀ ਅਤੇ ਮੈਂ ਕਿਤੇ ਡਿੱਗ ਡੁੱਗ ਜਾਵਾਂਗਾ ਅਤੇ ਮੇਰੇ ਕੋਲ ਤਰਨ ਵੀ ਨਹੀਂ ਆਉਂਦਾ
ਨਹੀਂ ਉਹਨਾਂ ਤੇ ਬੜੀਆਂ ਮਿੰਤਾਂ ਕੀਤੀਆਂ ਸੀ ਮੇਰੀਆਂ ਤੇ ਮੈਂ ਖੁਦ ਹੀ ਨਹੀਂ ਗਿਆ ਤੇ ਅੱਗੇ ਵੇਖੋ ਮਾਸ਼ਾਅੱਲਾ ਬਿਲਕੁਲ ਨਾ ਖਾਲੀ ਸਾਈਡ ਤੇ ਤੇ ਸਾਰਾ ਬਹੁਤ ਹੀ ਜ਼ਬਰਦਸਤ ਵੀ ਹੋਇਆ ਤੇ ਮੈਂ ਦਿਲ ਹੀ ਨਹੀਂ ਕਰਦਾ ਕਿਤੇ ਜਾਣ ਨੂੰ ਮੈਂ ਕਿਹਾ ਤੁਹਾਡੇ ਨਾਲ ਕਰਾਉਂਦੇ ਹਾਂ ਚੈੱਕ ਸ਼ੈੱਕ ਅੱਜ ਤਾਂ ਖੁਸ਼ ਹੋ ਜਾਓ ਕਿ ਤੁਹਾਨੂੰ ਦੇਸੀ ਬੰਦਾ ਕਿਤੇ ਹੋਰ ਮਾਹੌਲ 'ਚ ਲੈ ਕੇ ਆਇਆ ਕਹਿੰਦਾ ਪਹਿਲਾਂ ਤੁਹਾਨੂੰ ਸਾਰਾ ਚੈੱਕ ਕਰਾਵਾਂਗੇ ਜਿਸ ਤਰ੍ਹਾਂ ਇਹ ਬਿਲਡਿੰਗਾਂ ਇੱਥੇ ਆਏ ਨੇ ਕਿਹੋ ਜਿਹੀ ਚੀਜ਼ਾਂ ਆਏ ਨੇ ਤੇ ਠੀਕ ਹੈ ਮਿਲਦੇ ਹਾਂ ਥੋੜ੍ਹੀ ਦੇਰ ਤੋਂ ਬਾਅਦ ਲਓ ਜੀ ਜਾਣ ਲੱਗ ਜੇ ਗਿਆ ਸੀ ਹੁਣ ਅੱਗੇ ਪੰਘੋੜੇ ਸ਼ੰਘੋੜੇ ਵੀ ਆਏ ਨੇ ਤੇ ਬਹੁਤ ਹੀ ਜ਼ਬਰਦਸਤ ਸੀ ਉਹ ਜੀ ਚਲਦੀ ਹੁੰਦੀ ਸੀ ਕਿਸੇ ਜ਼ਮਾਨੇ ਚ ਹੁਣ ਨੀ ਚਲਦੀ ਕਿਵੇਂ ਲੱਗੇ ਨੇ ਡੀਲ ਇਹਦੇ ਜ਼ਬਰਦਸਤ ਨੇ ਪਹੁੰਚੀ ਓਰੀਜਨਲ ਜੇ ਸਾਡੇ ਮੁਲਕ ਚ ਹੁੰਦੀ ਤੇ ਹੁਣ ਇਹ ਚੀਜ਼ ਮਿਲਣੀ ਨਹੀਂ ਸੀ ਕਿ ਚੱਲਦੇ ਆ ਕੇ ਮਾਹੌਲ ਤੋਂ ਇਹ ਚੀਜ਼ਾਂ ਵੀ ਇਹਨਾਂ ਰੱਖੀਆਂ ਨੇ ਬੰਦਾ ਡੁੱਬ ਜਾਵੇ ਤੇ ਬਚਾਅ ਬਚੂ ਲਿਓ ਇੱਥੇ ਉਹ ਸਾਈਡ ਤੇ ਜਾਵਾਂਗੇ ਉਹ ਸਾਈਡ ਦਾ ਤੁਹਾਨੂੰ ਸਾਰਾ ਕਰਾਵਾਂਗੇ ਅੱਜ ਮੇਰਾ ਹੋਰ ਕੰਮ ਨਹੀਂ ਹੈ ਤੁਹਾਨੂੰ ਇਹੀ ਚੈੱਕ ਕਰਾਵਾਂਗੇ ਇੱਥੇ ਆਈਸਕ੍ਰੀਮ ਖਾਣੀ ਹੋਵੇ ਇੱਧਰ ਵਫਲ ਸ਼ਫਲ ਵੀ ਮਿਲਦੇ ਨੇ ਸਾਰੇ ਬਹੁਤ ਹੀ ਜ਼ਬਰਦਸਤ ਮਿਲਦੇ ਨੇ ਅਤੇ ਅੱਗੇ ਅਸੀਂ ਜਾਵਾਂਗੇ ਅੱਗੇ ਸਾਰਾ ਮਾਹੌਲ ਚੈੱਕ ਕਰਾਵਾਂਗੇ ਅਤੇ ਪੈਸੇ ਹੈ ਨਹੀਂ ਮੇਰੇ ਕੋਲ ਜਿੱਦਾਂ ਆਈਸਕ੍ਰੀਮ ਲੈ ਲੈਣੀ ਸੀ ਤੁਹਾਡੇ ਕੋਲ ਇੰਨੇ ਤਾਂ ਕੋਈ ਥੋੜ੍ਹੇ ਬਹੁਤ ਦੇ ਦਿਓ ਮੈਨੂੰ ਅਤੇ ਅਸੀਂ ਵੀ ਆਈਸਕ੍ਰੀਮ ਖਾ ਲਈਏ ਅੱਗੇ ਦਾ ਮਾਹੌਲ ਤੁਹਾਨੂੰ ਕਰਾਵਾਂਗੇ ਚੈੱਕ ਵੀ ਬਿਲਕੁਲ ਜ਼ਬਰਦਸਤ ਤਰੀਕੇ ਦੇ ਨਾਲ ਆਈਸਕ੍ਰੀਮ ਵੈਨ ਬਿਲਡਿੰਗ ਦੇ ਅੱਗੇ ਕਰਾਨੇ ਤੁਹਾਨੂੰ ਮਾਹੌਲ ਚੱਕ ਚੱਕ ਤੇ ਥੱਲੇ ਬੜਾ ਜ਼ਬਰਦਸਤ ਮਾਹੌਲ ਹੈ ਬ੍ਰਿਜ ਹੈ ਪਿੱਛੇ ਮੇਰੇ ਤੇ ਸਾਈਡ ਤੇ ਹੈ ਪਾਣੀ ਜ਼ਬਰਦਸਤ ਮਾਹੌਲ ਹੈ ਜੀ ਜ਼ਬਰਦਸਤ ਮਾਹੌਲ ਹੈ ਸਾਈਡ ਤੇ ਇੰਜੋਏ ਕਰੋ ਖੂਬ ਨਜ਼ਰ ਆ ਰਹੀ ਹੋਣੀਆਂ ਬਿਲਡਿੰਗਾਂ ਬੜੀਆਂ ਜ਼ਬਰਦਸਤ ਪਿਆਨੋ ਵੀ ਵਜਾ ਰਹੇ ਨੇ ਪਿਆਨੋ ਤੁਹਾਨੂੰ ਕਰਾਉਂਦੇ ਆ ਚੈੱਕ ਬਾਬਾ ਜੀ ਪਿਆਨੋ ਕੀ ਜਿਹਾ ਵਜਾ ਰਹੇ ਨੇ ਉੱਥੇ ਤੇ ਬਹੁਤ ਹੀ ਜ਼ਬਰਦਸਤ ਜਿਹਾ ਮਾਹੌਲ ਹੋਏਗਾ ਇੱਥੇ ਅੱਜ ਤੁਹਾਨੂੰ ਨਜ਼ਾਰੇ ਕਰਾਵਾਂਗੇ ਖੂਬ ਲਓ ਜੀ ਆਹ ਦੇਖੋ ਜੀ ਬੀਚ ਤੇ ਚੱਲਦੇ ਹਾਂ ਅੱਗੇ ਅਸੀਂ ਬਾਬਾ ਜੀ ਵਜਾ ਰਹੇ ਨੇ ਕੋਈ ਸ਼ੈ ਹਾਂ
ਸਾਰੇ ਲੱਗੇ ਨੇ ਇੱਥੇ। अपनी किस्मत दा ताला लाओ इथे ते चाबी नाल खोलो, खुल गया तुहाडा ना खुला सईयां दा, वेख जे पसंद करो ताले किन्ने किन्ने ने, ते बहुत ही जबरदस्त ताले ने जनाब, पाकिस्तानी ताला, चाइनी ताला, लोहे का ताला, लकड़ का ताला, सारे ताले ताले ने बहुत ही सारे जबरदस्त ने जी। अगे चल रहे हैं माहौल तुम कराने चलने, आओ जी मेरे पीछे पीछे आ रहे हैं, बहुत ही जबरदस्त है माहौल है। घोड़ा भी है, घोड़े को भी चलते हैं, घोड़ा चेक करते हैं, जबरदस्त है काका, घोड़ सवारी मेनू आंदी नहीं, मैं बह ही जाता जी नाल, देखा जी ਉਹ ਸਾਈਡ ਤੋਂ ਜਰਾ ਕੈਮਰਾ ਲੈ ਕੇ ਆਓ ਜੀ, ਉਹ ਸਾਈਡ ਤੋਂ ਵਿਖਾਓ ਸਾਨੂੰ, ਸ਼ਕਲ ਮਿਲਦੀ ਮੇਰੀ ਉਹਦੇ ਨਾਲ, ਥੋੜ੍ਹੀ ਥੋੜ੍ਹੀ ਸ਼ਕਲ ਮਿਲਦੀ ਤੁਹਾਡੀ ਨਾ, ਅਤੇ ਮਾਸ਼ਾਅੱਲਾ ਕਿਆ ਜ਼ਬਰਦਸਤ ਜੀ। ਠੀਕ ਹੈ ਜਵਾਨ, ਪੱਠੇ ਛੱਟੇ ਲੈ ਕੇ ਆਉਂਦੇ ਤੁਹਾਡੇ ਵਾਸਤੇ ਨਾ, ਘਬਰਾਉਣਾ ਜੀ, ਠੀਕ ਹੈ, ਆਪਣਾ ਸਿਸਟਮ ਰੱਖਿਆ ਸਾਰਾ, ਇਹ ਚੀਜ਼ ਕਿਹੜੀ ਹੈ ਬਲਾ, ਇਹ ਜਹਾਜ਼ ਦਾ ਪੱਖਾ, ਉਹ ਜਿਹਦੇ ਨਾਲ ਜਹਾਜ਼ ਚੱਲਦਾ ਹੈ, ਰੋਟ ਕਹਿ ਲਓ, ਇਹ ਟੁੱਟ ਗਿਆ ਉਹਨਾਂ ਇੱਥੇ ਰੱਖ ਦਿੱਤਾ ਭਾਅ ਜੀ, ਕਦੇ ਲੋੜ ਪਈ ਤਾਂ ਅਸੀਂ ਇੱਥੇ ਨਾ ਲਾ ਲੂ ਲਾਂਗੇ, ਅਤੇ ਘੋੜਾ ਮੈਂ ਵੇਖ ਰਿਹਾ ਕਹਿੰਦਾ ਪੱਟੇ ਛੱਟੇ ਨਹੀਂ ਪਾਏ, ਅਤੇ ਅੱਗੇ ਬੋਟਾ ਛੋਟਾ ਕਾਫੀ ਨੇ, ਤਾਂ ਅੱਗੇ ਵੀ ਤੁਹਾਨੂੰ ਚੱਲ ਕੇ ਸਾਰਾ ਨਜ਼ਾਰਾ ਕਰਾਵਾਂਗੇ ਜਨਾਬ, ਕਿਉਂਕਿ ਇਸ ਸਾਈਡ 'ਤੇ ਅਸੀਂ ਆਏ ਸੀ, ਹੁਣ ਜਾਣਾ ਦੂਜੀ ਸਾਈਡ 'ਤੇ, ਕੈਮਰਾਮੈਨ ਮੇਰਾ ਲੜਾ ਥੱਕ ਗਿਆ, ਅਤੇ ਉਹ ਕਹਿੰਦਾ ਭਾਅ ਜੀ ਕੰਮ ਦਾ ਤੂੰ ਕਿੱਧਰ ਰੋਲੇ ਪਿਆ, ਅਸੀਂ ਚੱਲਦੇ ਹਾਂ ਦੂਜੀ ਸਾਈਡ 'ਤੇ, ਬਹੁਤ ਵੱਡਾ ਸ਼ਿਪ ਹੈ, ਸ਼ਿਪ ਤੁਹਾਨੂੰ ਚੈੱਕ ਕਰਾਉਂਦੇ ਹਾਂ, ਇਹ ਦੇਖਿਆ ਜੇ, ਵਾਹ ਜੀ ਵਾਹ, ਇਹ ਸਾਈਡ 'ਤੇ ਸੀਨਰੀ ਜੇ ਨਾਲ, ਜਿੱਧਰੋਂ ਅਸੀਂ ਆਏ ਹਾਂ ਤੁਸੀਂ ਜਾਣਾ ਤੁਸੀਂ ਸਾਈਡ 'ਤੇ, ਸਵੀਮਿੰਗ ਆਉਂਦੀ ਨਹੀਂ ਵਰਨਾ ਸਵੀਮਿੰਗ ਕਰਦੇ ਜਾਂਦੇ ਅਸੀਂ ਅੱਗੇ, ਇਹ ਦੇਖੋ ਬਹੁਤ ਹੀ ਜ਼ਬਰਦਸਤ, ਕਿੰਨੀਆਂ ਜ਼ਬਰਦਸਤ ਬਿਲਡਿੰਗਾਂ ਨੇ ਜਨਾਬ, ਤੁਹਾਨੂੰ ਇਹ ਨਜ਼ਾਰੇ ਕਰਾਈਏ ਅੱਜ, ਬਹੁਤ ਹੀ ਵਧੀਆ ਬਿਲਡਿੰਗਾਂ ਨੇ, ਤੁਸੀਂ ਬਿਲਡਿੰਗ ਵੇਖੀ ਹੋਏਗੀ ਅੱਗੇ, ਮੈਂ ਥੋੜ੍ਹੀ ਜਿਹੀ ਚੱਲ ਕਰਾਈਏ ਤੁਹਾਨੂੰ, ਆਓ ਜੀ ਅੱਗੇ ਲੈ ਕੇ, ਮਾਸ਼ਾਅੱਲਾ ਕਿੰਨੀ ਜ਼ਬਰਦਸਤ ਬਿਲਡਿੰਗ ਹੈ, ਬਹੁਤ ਹੀ ਖੂਬਸੂਰਤ ਇਲਾਕਾ ਜਿੱਥੇ ਮੈਂ ਆਇਆ ਤੁਹਾਨੂੰ, ਮੈਂ ਤੁਹਾਨੂੰ ਅੱਜ ਦੇ ਨਜ਼ਾਰੇ ਕਰਾਈਏ ਇੱਥੇ ਦੇ, ਤੁਹਾਨੂੰ ਚੈੱਕ ਕਰਾਈਏ, ਅੱਗੇ ਅਸੀਂ ਜਾ ਰਹੇ ਹਾਂ ਅੱਜ, ਵੱਡੀ ਬੋਟ ਆਏਗੀ, ਵੱਡੀ ਕਸ਼ਤੀ ਆਏਗੀ, ਕਸ਼ਤੀ 'ਤੇ ਜਾਵਾਂਗੇ, ਟਿਕਟ ਲਿਆਂਗੇ, ਬਹਾਂਗੇ ਕਾਰ, ਫਿਰ ਪਾਕਿਸਤਾਨ ਟੁਰ ਜਾਵਾਂਗੇ ਉੱਥੋਂ, ਇਹ ਦੇਖੋ ਆਇਓ ਮੇਰੇ ਨਾਲ ਨਾਲ, ਅਤੇ ਤੁਹਾਨੂੰ ਸਾਰੇ ਨਜ਼ਾਰੇ ਕਰਾਵਾਂਗੇ, ਚੱਲ ਮੈਂ ਪਿੱਛੇ ਪਿੱਛੇ ਜਾਣਾ, ਮੈਂ ਤੁਹਾਨੂੰ ਨਜ਼ਾਰਾ ਸ਼ਾਇਦ ਚੈੱਕ ਕਰਾਈਏ ਅੱਜ, ਕਿੱਥੇ ਅਸੀਂ ਆਏ ਹਾਂ ਅਤੇ ਕਿੱਥੇ ਦਲੀਲ ਹੋ ਰਿਹਾ ਤੁਹਾਡੇ ਪਿੱਛੇ, ਲਿਵਰਪੂਲ ਦਾ ਇਹ ਤੁਸੀਂ ਵੇਖ ਰਹੇ ਹੋ, ਇਹ ਮਿਊਜ਼ੀਅਮ ਹੈ, ਅਤੇ ਮਿਊਜ਼ੀਅਮ ਬਹੁਤ ਵੱਡਾ ਹੈ, ਮਾਸ਼ਾਅੱਲਾ ਬਿਲਡਿੰਗਾਂ ਬਹੁਤ ਹੀ ਜ਼ਬਰਦਸਤ ਨੇ, ਲੋਕ ਮੇਰੇ ਨਾਲ ਘੂਰ ਘੂਰ ਕੇ ਵੇਖ ਰਹੇ, ਬੰਦਾ ਕਰਦਾ ਕੀ ਹੈ, ਦੇਸੀ ਅਤੇ ਇੰਗਲਿਸ਼ ਤਾਂ ਬੋਲਦਾ ਨਹੀਂ, ਬੋਲਦਾ ਮੈਂ ਆਪਣੀ, ਮਾਸ਼ਾਅੱਲਾ ਵੇਖ ਲਓ ਬਿਲਡਿੰਗ ਬਹੁਤ ਹੀ ਖੂਬਸੂਰਤ ਬਿਲਡਿੰਗ ਹੈ, ਅਤੇ ਤੁਸੀਂ ਘੱਟ ਹੀ ਵੇਖੀ ਹੋਣੀ, ਵਿਖਾਓ ਜੀ ਇਹ ਬਿਲਡਿੰਗ, ਜ਼ਬਰਦਸਤ ਬਿਲਡਿੰਗ, ਇੱਥੇ ਜ਼ਰਾ ਕੈਮਰਾ ਮਾਰੋ, ਥੱਲੇ ਵੇਖਣਾ ਡਿੱਗ ਨਾ ਜਾਣਾ ਜਨਾਬ, ਕੈਮਰਾ ਮਾਰਦੇ ਮਾਰਦੇ ਇਹ ਨਾ ਹੋਏ ਬੰਦਾ ਸਾਨੂੰ ਹੋਰ ਕਿਧਰੇ ਜਾਣਾ ਪਵੇ, ਜ਼ਬਰਦਸਤ ਨਜ਼ਾਰੇ ਕਰੋ ਜੀ ਅੱਗੇ ਅਸੀਂ ਜਾਵਾਂਗੇ, ਅਤੇ ਅੱਗੇ ਦਾ ਮਾਹੌਲ ਵੀ ਤੁਹਾਨੂੰ ਸਾਰਾ ਚੈੱਕ ਕਰਾਵਾਂਗੇ ਜੀ, ਅੱਜ ਅੱਜ ਫੁੱਲ ਦੇਸੀ ਮਾਹੌਲ, ਬੁਲਾਤੀ ਚੀਜ਼ਾਂ, ਇਹ ਖਿਆਲ ਜੇ ਦੇਸੀ ਮਾਹੌਲ ਵਿਖਾਉਣਾ ਚਾਹੀਦਾ ਜੀ, ਆਪਣੇ ਸਾਰਿਆਂ ਨੂੰ ਦਿਲ ਕਰਦਾ ਬਿਲਡਿੰਗਾਂ ਵੇਚਦੇ ਹੀ ਪਈਏ, ਅਤੇ ਤੁਹਾਨੂੰ
ਤੁਹਾਨੂੰ ਮੈਂ ਦਾਵਤ ਦੇਣਾ ਤੁਸੀਂ ਇਸ ਜਗ੍ਹਾ ਤੇ ਹੋ ਜੋ ਜਗ੍ਹਾ ਦਾ ਨਾਮ ਨਹੀਂ ਮੈਂ ਅੱਜ ਦੱਸਣਾ ਐਂਡ ਤੇ ਦੱਸਣਾ ਜਗ੍ਹਾ ਹੈ ਕਿਹੜੀ ਬਹੁਤ ਹੀ ਪਿਆਰੀ ਜਗ੍ਹਾ ਪਾਣੀ ਅੱਗੇ ਪਿੱਛੇ ਵੋਟਾਂ ਜਾ ਰਹੀਆਂ ਨੇ ਉਹ ਭਾਈ ਜੀ ਸਾਨੂੰ ਵੀ ਲੈ ਚੱਲੋ ਵੋਟ ਵਿਖਾਉਂਦੇ ਹਾਂ ਤੁਹਾਨੂੰ ਜੀ ਇਹ ਵੋਟ ਜਾ ਰਹੀ ਹੈ ਇਹ ਦੇਖੋ ਜੀ ਮਾਸ਼ਾਅੱਲਾ ਵੋਟ ਵੱਲ ਮਾਰੋ ਜੀ ਮੈਨੂੰ ਵੀ ਨਾਲ ਇਹ ਜਾ ਰਹੀ ਵੋਟ ਦੇਖਿਆ ਜੇ ਕਿਵੇਂ ਵੋਟ ਜਾ ਰਹੀ ਜੇ ਉਹ ਭਾਈ ਜਾਨ ਸਾਨੂੰ ਵੀ ਲੈ ਚੱਲੋ ਕੀ ਖਿਆਲ ਜੇ ਮਾਮਾ ਕਹਿੰਦਾ ਕਹਿੰਦਾ ਭਾਈ ਜੀ ਤੂੰ ਇੱਧਰ ਆ ਜਾ ਮੇਰੇ ਨਾਲ ਕੈਮਰਾ ਕਰੋ ਜੀ ਮੈਂ ਵਾਹਨ ਵਿਖਾਈਏ ਮੈਂ ਉਹਨਾਂ ਨੂੰ ਕਿਹਾ ਮੈਨੂੰ ਵੀ ਲੈ ਚਲਾ ਦਾ ਭਾਈ ਜੀ ਟਿਕਟ ਨਹੀਂ ਤੇਰੇ ਕੋਲ ਫਰੀ 'ਚ ਅਸੀਂ ਬਹਾਨਦੇ ਨਹੀਂ ਤੈਨੂੰ ਠੀਕ ਹੈ ਜੀ ਜਾਓ ਤੁਸੀਂ ਮੌਜ ਮਸਤੀ ਕਰੋ ਅੱਲਾ ਪੁੱਛੇਗਾ ਤੁਹਾਡੇ ਨਾਲ ਚੱਲੋ ਜੀ ਅੱਗੇ ਚੱਲਦੇ ਹਾਂ ਅਸੀਂ ਅੱਗੇ ਤਾਂ ਮਾਹੌਲ ਵੀ ਤੁਹਾਨੂੰ ਕਰਾਈਏ ਚੈੱਕ ਲੋਕ ਇੱਥੇ ਬੜੇ ਫਿਰਨ ਆਉਂਦੇ ਨੇ ਅੱਗੇ ਪਿੱਛੇ ਤਿੰਨ ਜਵਾਨ ਖਲੋਤੇ ਨੇ ਬੜੇ ਜ਼ਬਰਦਸਤ ਜਵਾਨ ਚੜ੍ਹ ਕੇ ਬੈਠਾ ਉੱਤੇ ਉਹ ਜਵਾਨ ਉੱਤੇ ਚੜ੍ਹ ਕੇ ਬੈਠਾ ਆਂਦਾ ਭਾਈ ਜੀ ਮੈਂ ਥੱਲੇ ਲਹਿਣਾ ਨੀ ਮੈਂ ਉੱਤੇ ਹੀ ਰਹਿਣਾ ਭਾਈ ਜਾਨ ਆ ਜਾਓ ਥੱਲੇ ਠਹਿਰੇ ਹੁਣ ਕਾਫੀ ਦੇਰ ਹੋ ਗਈ ਤੇ ਹੁਣ ਤੁਹਾਨੂੰ ਰੰਗ ਵੀ ਲੱਗ ਗਿਆ ਕਹਿੰਦਾ ਭਾਈ ਜੀ ਮੈਨੂੰ ਰਹਿਣ ਦੇ ਨਜ਼ਾਰਾ ਬੜਾ ਹੁੰਦਾ ਉੱਥੋਂ ਬਹੁਤ ਹੀ ਮਾਸ਼ਾਅੱਲਾ ਕੇ ਰੌਣਕ ਮੇਲਾ ਲੱਗੀ ਹੈ ਅਤੇ ਅਸੀਂ ਆ ਗਏ ਹਾਂ ਜੀ ਬੋਟ ਕੋਲ ਵੱਡੀ ਬੋਟ ਕੋਲ ਜਿਹੜੀ ਇੱਥੇ ਹੈ ਅਤੇ ਇੱਥੇ ਲੋਕ ਸਾਰੇ ਬੈਠੇ ਨੇ ਸਾਰੇ ਅੱਗੇ ਪਿੱਛੇ ਇੰਜੋਏ ਕਰ ਰਹੇ ਨੇ ਅੱਗੇ ਜਾ ਕੇ ਮਿਲਦੇ ਹਾਂ ਤੁਹਾਨੂੰ ਆਹ ਦੇਖੋ ਜਵਾਨ ਬਹੁਤ ਹੀ ਖੂਬਸੂਰਤ ਬਿਲਡਿੰਗਾਂ ਨੇ ਜਨਾਬ ਦਿਲ ਨਹੀਂ ਕਰਦਾ ਕਿਤੇ ਜਾਣ ਨੂੰ ਇਹ ਆ ਗਿਆ ਜੀ ਵੱਡਾ ਸਾਰਾ ਸ਼ਿਪ ਜਿੱਥੇ ਸ਼ਿਪ ਨੇ ਇੱਥੇ ਪਾਣੀ ਛਾਣੀ ਲੱਗਾ ਅੱਗੇ ਪਿੱਛੇ ਵੱਡੀ ਬੋਟ ਹੈ ਫਿਰ ਹੀ ਕਹਿੰਦੇ ਨੇ ਇਹਨੂੰ ਅਤੇ ਬੰਦੇ ਵੀ ਲੱਦ ਕੇ ਲੈ ਜਾਂਦੀ ਅਤੇ ਆਪਣਾ ਗੱਡੀਆਂ ਛੱਡੀਆਂ ਵੀ ਲੋਕ ਇਸ 'ਤੇ ਬਹਿ ਕੇ ਬੜੇ ਦੂਰ ਦੂਰ ਤੱਕ ਜਾਂਦੇ ਨੇ ਟਿਕਟ ਅਸਾਂ ਲੈ ਲਿਆ ਅਤੇ ਉਹਨਾਂ ਸਾਨੂੰ ਜਾਣ ਨਹੀਂ ਦਿੱਤਾ ਕਹਿੰਦੇ ਭਾਅ ਜੀ ਤੁਹਾਡਾ ਮਤਲਬ ਤੁਸੀਂ ਫਿਰੋ ਟੁਰੋ ਅਤੇ ਇੱਥੋਂ ਘਰ ਵਾਪਸ ਅਤੇ ਬਹੁਤ ਹੀ ਜ਼ਬਰਦਸਤ ਅੱਗੇ ਹੋ ਕੇ ਦਿਖਾਉਂਦੇ ਹਾਂ ਅਤੇ ਹੈ ਸਾਈਡ 'ਤੇ ਪਾਣੀ ਪਾਣੀ ਅੱਗੇ ਪਿੱਛੇ ਪਾਣੀ ਹੈ ਬਹੁਤ ਹੀ ਜ਼ਬਰਦਸਤ ਲੋਕ ਇੱਥੇ ਬਹਿ ਕੇ ਜਾਂਦੇ ਨੇ ਅਤੇ ਇੱਕ ਦਫ਼ਾ ਮੈਂ ਵੀ ਗਿਆ ਸੀ ਬਹਿ ਕੇ ਅਤੇ ਬੜਾ ਡਰ ਲੱਗਾ ਸੀ ਮੈਂ ਦੂਜੀ ਜਗ੍ਹਾ ਮੈਂ ਫੇਰੀ 'ਤੇ ਨਹੀਂ ਜਾਣਾ ਅੱਗੇ ਪਿੱਛੇ ਸਮੁੰਦਰ ਹੀ ਸਮੁੰਦਰ ਹੁੰਦਾ ਅਤੇ ਬੰਦਾ ਕਿੱਥੇ ਜਾਵੇ ਤਰਨਾ ਵੀ ਨਾ ਆਉਂਦਾ ਹੋਵੇ ਬੜਾ ਰੌਲਾ ਹੁੰਦਾ ਅੱਗੇ ਚੱਲ ਕੇ ਵਿਖਾਉਂਦੇ ਹਾਂ ਥੋੜ੍ਹਾ ਜਿਹਾ ਮਾਹੌਲ ਨਜ਼ਦੀਕ ਤਾਂ ਨਹੀਂ ਜਾਣ ਦੇਣ ਅੱਗੇ ਪਰ ਥੋੜ੍ਹਾ ਜਿਹਾ ਅੱਗੇ ਅਸੀਂ ਜਾ ਸਕਦੇ ਹਾਂ ਕਿਉਂਕਿ ਸਾਡੇ ਵਾਸਤੇ ਉਹਨਾਂ ਗੇਟ ਸ਼ੇਡ ਕਰ ਦਿੱਤੇ ਨੇ ਬੰਦ ਮੈਂ ਦੇਖਿਆ ਨੇ ਬਹੁਤ ਵੱਡਾ ਸ਼ਿਫਟ ਹੋਇਆ ਚੱਲੇਗਾ ਪਤਾ ਨਹੀਂ ਕਿਸ ਟਾਈਮ ਤੁਹਾਨੂੰ ਉਹ ਵੀ ਚਲਕ ਛਲਕ ਕਰਾਉਂਦੇ ਅਤੇ ਕਿਸ ਟਾਈਮ ਜਾਏਗਾ ਇਹ ਨਹੀਂ ਪਤਾ ਰਾਤ ਨੂੰ ਜਾਏਗਾ ਜਾਂ ਸੁਬਹਾ ਜਾਏਗਾ ਚਲਾਂਗੇ ਅਸੀਂ ਇੱਧਰ ਟਾਊਨ ਵਾਲੀ ਸਾਈਡ 'ਤੇ ਉਹ ਵੀ ਤੁਹਾਨੂੰ ਅਸੀਂ ਚੈੱਕ ਕੇ ਕਰਾਵਾਂਗੇ ਅੱਜ ਅਤੇ ਬਹੁਤ ਹੀ ਖੂਬਸੂਰਤ ਟਾਊਨ ਹੈ ਅਤੇ ਮਾਸ਼ਾਅੱਲਾ ਬਿਲਡਿੰਗਾਂ ਇਹਨਾਂ ਦੀਆਂ ਵੇਖੋ ਅਤੇ ਪਿਆਰੀ ਬਹੁਤ ਪਿਆਰੀ ਦਿਲ ਖੁਸ਼ ਹੋ ਜਾਂਦਾ ਅਤੇ ਮੈਂ ਪਹਿਲੀ ਦਫ਼ਾ ਹੀ ਇਹ ਵੇਖਿਆ ਤਾਂ ਮੈਂ ਕਹਿ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਹੈ ਕਿ ਚੀਜ਼ਾਂ ਨੇ ਅਤੇ ਬਿਲਡਿੰਗਾਂ ਵੇਖੋ ਉੱਚੀਆਂ ਉੱਚੀਆਂ ਅਤੇ ਟਾਊਨ ਬੜਾ ਜ਼ਬਰਦਸਤ ਅਤੇ ਬੋਟਾਂ ਛੋਟਾਂ ਸਾਰਾ ਕੁਝ ਤਾਂ ਕਵਰ ਹੋਣਾ ਨਹੀਂ ਇਸ ਵੀਡੀਓ ਦੇ ਅੰਦਰ ਮੈਂ ਥੋੜ੍ਹਾ ਬਹੁਤ ਜਿਤਨਾ ਕਵਰ ਹੁੰਦਾ ਤੁਹਾਡੇ ਨਾਲ ਕਰਾਂਗੇ ਸ਼ੇਅਰ ਅਤੇ ਉਮੀਦ ਕਰਦਾ ਤੁਹਾਨੂੰ ਮੇਰੀ ਵੀਡੀਓ ਅੱਜ ਦੀ ਪਸੰਦ ਆਈ ਹੋਵੇਗੀ ਮੇਰਾ ਖਿਆਲ ਨਹੀਂ ਸੀ ਇਹ ਇਤਨਾ ਖੂਬਸੂਰਤ ਹੋਏਗਾ ਅਤੇ ਇੱਕ ਬੰਦਾ ਮੈਨੂੰ ਲੈ ਕੇ ਆਇਆ ਤਾਂ ਵਾਓ ਜੀ ਤੁਹਾਨੂੰ ਚੈੱਕ ਕਰਾਂਗੇ ਤੁਸੀਂ ਕਿੱਥੇ ਫਿਰਦੇ ਰਹੇ ਹੋ ਤੁਹਾਨੂੰ ਪਤਾ ਹੀ ਨਹੀਂ ਹੈ ਇੱਥੇ ਦੀ ਖੂਬਸੂਰਤੀ ਕਿੰਨੀ ਜ਼ਿਆਦਾ ਅਤੇ ਮਾਸ਼ਾਅੱਲਾ ਤੁਸੀਂ ਵੇਖਦੇ ਹੋ ਹੋਵੇ ਕਿੰਨਾ ਜ਼ਬਰਦਸਤ ਟਾਊਨ ਹੈ ਜੀ ਬਿਲਡਿੰਗਾਂ ਬੜੀਆਂ ਪਿਆਰੀਆਂ ਨੇ ਅਤੇ ਠੀਕ ਹੈ ਅੱਗੇ ਦਾ ਮਾਹੌਲ ਕਰਾਉਂਦੇ ਹਾਂ ਤੁਹਾਨੂੰ ਕਿਹਾ ਉਮੀਦ ਕਰਾਂ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਣੀ ਅਤੇ ਕਾਫੀ ਜ਼ਬਰਦਸਤ ਵਿਊ ਅਤੇ ਨਜ਼ਾਰੇ ਕਰਾਏ ਨੇ ਅੱਜ
ਤੇ ਬਹੁਤ ਹੀ ਅੱਗੇ ਪਿੱਛੇ ਦੇ ਨਜ਼ਾਰੇ ਕਰਾਏ ਤੇ ਬਹੁਤ ਹੀ ਖੂਬਸੂਰਤ ਬਿਲਡਿੰਗ ਆ ਨੇ ਇੱਥੇ ਤੇ ਹੁਣ ਅਸੀਂ ਜਾਵਾਂਗੇ ਕਿਧਰੇ ਹੋਰ ਤੁਹਾਨੂੰ ਨਜ਼ਾਰਾ ਕਰਾਵਾਂਗੇ ਤੇ ਇਸ ਤੋਂ ਬਾਅਦ ਕਰਾਂਗੇ ਖਤਮ। ਪਿੱਛੇ ਟ੍ਰੈਫਿਕ ਜਾ ਰਹੀ ਹੈ ਅੱਗੇ ਪਿੱਛੇ ਵੇਖ ਲਓ ਕਿੰਨੀਆਂ ਜ਼ਬਰਦਸਤ ਬਿਲਡਿੰਗਾਂ ਨੇ, ਜਿੱਥੇ ਵੀ ਜਾਵਾਂਗੇ ਤੇ ਬਿਲਡਿੰਗਾਂ ਹੀ ਬਿਲਡਿੰਗਾਂ ਨਜ਼ਰ ਆਉਣਗੀਆਂ ਤੇ ਬਹੁਤ ਹੀ ਖੂਬਸੂਰਤੀ ਇਸ ਇਲਾਕੇ ਦੀ। ਬੋਟਾਂ ਤੋਂ ਲੈ ਕੇ ਸੀ ਤੋਂ ਲੈ ਕੇ ਬੰਦਿਆਂ ਤੋਂ ਲੈ ਕੇ ਟੂਰਿਸਟ ਕਾਫੀ ਇਸ ਬਿਲਡਿੰਗਾਂ ਤੇ ਆਉਂਦੇ ਨੇ। ਲਿਫਟ ਕਰਾਈ ਨੀ ਤੇ ਆਪ ਉੱਥੇ ਸੈਰ ਸੂਰ ਕਰ ਰਹੇ ਨੇ ਸਾਰੇ। ਉਹ ਲਾਈਫ ਗਾਰਡ ਜੈਕਟ ਤੇ ਕੋਈ ਚੱਕ ਹੀ ਲੈ ਗਿਆ ਮੇਰੇ ਤੋਂ ਪਹਿਲਾਂ ਹੀ, ਮੈਂ ਕਿਹਾ ਮੇਰੇ ਚੱਕ ਕੇ ਕੋਈ ਕੰਮ ਸ਼ੰਮ ਪਾਉਣਾ ਸੀ। ਹਾਂਜੀ ਬਾਪ, ਇਹ ਬੋਟਾਂ ਦੇ ਕੰਮ ਦਾ ਮਾਰੋ ਜੀ, ਬੋਟਾਂ ਦੇ ਇਹ ਵਿਖਾਓ। ਉਹ ਭਾਈ ਜਾਣ ਇੱਧਰ ਵਟਾ ਕੇ ਲਿਆ ਸਾਡੇ ਵੱਲ, ਵੇਖਿਆ ਜਾ ਬੋਟਾਂ ਜਾ ਰਹੀਆਂ ਨੇ ਕਿੱਦੀਆਂ ਜ਼ਬਰਦਸਤ। ਉਮੀਦ ਕਰਦਾ ਤੁਹਾਨੂੰ ਜ਼ਬਰਦਸਤ ਦੀ ਵੀਡੀਓ ਅੱਜ ਪਸੰਦ ਆ ਰਹੀ ਹੋਣੀ, ਇੰਜੋਏ ਕਰੋ ਦੇਸੀ ਮਾਹੌਲ ਦੇ ਅੰਦਰ ਵਲੈਤੀ ਜ਼ਾਇਕਾ। ਚਲੋ ਜੀ ਅੱਗੇ ਤਾਂ ਮਾਹੌਲ ਤੁਹਾਨੂੰ ਕਰਾਉਂਦੇ ਹਾਂ ਚੱਕ ਚੱਕ। ਜਨਾਬ ਅਗਰ ਕਿਸੇ ਨੇ ਸਵਾਰੀ ਕਰਨੀ ਹੋਵੇ ਤੇ ਤੁਸੀਂ ਆਓ ਤੇ ਖਰੀਦ ਲਓ। ਮਾਸ਼ਾਅੱਲਾ ਬਹੁਤ ਹੀ ਜ਼ਬਰਦਸਤ ਹੈ ਜੀ, ਪੂਰਾ ਰਾਊਂਡ ਇਹਦਾ ਨਾਲ ਹੀ ਇਹਦੇ ਬਣੇ ਨੇ ਆਪਣਾ ਕੀ ਨਾਮ ਸ਼ਾਪਿੰਗ ਸੈਂਟਰ ਤੇ ਸ਼ਾਪਿੰਗ ਸੈਂਟਰ ਵੀ ਬਹੁਤ ਹੀ ਜ਼ਬਰਦਸਤ ਹੈ। ਵਰਕਸ਼ਾਪ ਕਰਦਾ ਮੈਂ ਨਾਲ ਤੁਹਾਨੂੰ ਚੈੱਕ ਸ਼ੈੱਕ ਕਰਾਵਾਂ। ਇਹ ਦੇਖੋ ਇਹ ਬੋਰਡ ਕੋਲ ਹੀ ਆ ਗਿਆ, ਬਸ ਸੀੜੀ ਲਾਉਣ ਦੀ ਦੇ ਰਹੇ ਜਨਾਬ, ਸੀੜੀ ਲਾ ਕੇ ਅਸੀਂ ਚੜ੍ਹ ਜਾਣਾ ਬੋਰਡ 'ਤੇ, ਫਿਰ ਤੁਹਾਨੂੰ ਨਜ਼ਾਰੇ ਕਰਾਵਾਂਗੇ। ਚਾਬੀ ਨਹੀਂ ਮੇਰੇ ਕੋਲ, ਵਰਨਾ ਚੜ੍ਹ ਹੀ ਜਾਂਦਾ। ਚਾਬੀ ਭਾਈ ਨਾਲ ਲੈ ਗਏ ਅਤੇ ਕਾਫੀ ਇਹ ਸਾਈਡ 'ਤੇ, ਉਹ ਸਾਈਡ 'ਤੇ ਕਾਫੀ ਹੈ ਸਾਰਾ ਸਿਸਟਮ। ਅੱਗੇ ਪਿੱਛੇ ਬੋਟਾਂ ਖਲੋਤੀਆਂ ਪਰ ਚੱਲਦੀਆਂ ਨਹੀਂ, ਚੱਲਦੀਆਂ ਹੋਣੀਆਂ ਤਾਂ ਇੱਕ ਹੋਰ ਵੀ ਨਜ਼ਾਰਾ ਹੋਣਾ ਸੀ, ਪਰ ਇਹ ਸਿਸਟਮ ਸਭ ਲੈਦਾ ਜਿਹੜਾ ਇੱਥੇ ਤੁਹਾਨੂੰ ਵੇਖਣ ਨੂੰ ਮਿਲੇਗਾ। ਇੰਜੋਏ ਕਰੋਗੇ ਤੁਸੀਂ ਸਾਰਾ। ਅੱਜ ਬੜਾ ਫਿਰਿਆ ਅਸੀਂ ਹਰ ਸਾਈਡ 'ਤੇ, ਤੁਹਾਨੂੰ ਸੈਰ ਕਰਾਈ, ਬਹੁਤ ਹੀ ਵਧੀਆ ਚੀਜ਼ਾਂ ਨੇ ਇੱਥੇ। ਤਿਆਰ ਹੈ ਜਨਾਬ, ਅਤੇ ਬੱਸ 'ਤੇ ਜਿਸ ਜਿਸ ਚੜ੍ਹਨਾ ਅਤੇ ਤੁਸੀਂ ਆ ਜਾਓ, ਟਿਕਟ ਸ਼ਿਕਟ ਮੇਰੇ ਕੋਲ ਲਿਓ ਅਤੇ ਬੱਸ ਨਜ਼ਾਰਾ ਕਰੋ ਜੀ। ਨਿਊਯਾਰਕ ਦੀ ਬੱਸ, ਅਤੇ ਇੱਕ ਹੋਰ ਚੀਜ਼ ਚੈੱਕ ਕਰਾਉਂਦੇ ਹਾਂ ਜੀ, ਬੱਸ ਜੀ ਤੁਹਾਡੇ ਵਾਸਤੇ ਦੀ ਬੱਸ, ਨਿਊਯਾਰਕ ਦੀ ਬੱਸ ਜਨਾਬ। ਅਤੇ ਇਹ ਵੇਖੋ ਮਾਸ਼ਾਅੱਲਾ ਬੜੀ ਜ਼ਬਰਦਸਤ ਹੈ ਜੀ, ਇਹਦੇ ਅੰਦਰ ਕੀ ਬਣਿਆ ਜਨਾਬ, ਇਹ ਜੀ ਖਾਣ ਪੀਣ ਦੀ ਚੀਜ਼ਾਂ ਨੇ, ਅਤੇ ਮਾਸ਼ਾਅੱਲਾ ਜ਼ਬਰਦਸਤ ਬੱਸ ਹੈ। ਇਹ ਵੇਖੋ ਨਿਊਯਾਰਕ ਦੀ ਬੱਸ ਇੰਗਲੈਂਡ ਦੇ ਅੰਦਰ, ਹੋਰ ਕੀ ਚਾਹੀਦਾ ਤੁਹਾਨੂੰ ਜੀ, ਆ ਜਾਓ ਜਿਸ ਨਿਊਯਾਰਕ ਜਾਣਾ, ਟਿਕਟ ਥੋੜ੍ਹੇ ਰਹਿ ਗਏ ਨੇ ਅਤੇ ਟਿਕਟ ਹੋ ਗਏ ਖਤਮ, ਅਤੇ ਫਿਰ ਤੁਸੀਂ ਪਾ ਦੇ ਰੋਣਾ, ਅਤੇ ਨਿਊਯਾਰਕ ਦੀ ਸੈਰ ਅੱਜ ਹੀ ਹੋਏਗੀ। ਕੱਲ੍ਹ ਦੀ ਆਫਰ ਬਿਲਕੁਲ ਖਤਮ ਹੈ, ਸਿਰਫ ਅੱਜ ਦੀ ਆਫਰ ਹੈ, ਥੋੜ੍ਹੀ ਜਿਹੀ ਸੀਟਾਂ ਰਹਿ ਗਈਆਂ, ਅਤੇ ਜਲਦੀ ਜਲਦੀ ਆਓ। ਮੈਂ ਤੁਹਾਡੇ ਵਾਸਤੇ ਵੀ ਇੰਤਜ਼ਾਮ ਕਰੀਏ ਨਿਊਯਾਰਕ ਜਾਣ ਦਾ, ਤੁਸੀਂ ਤਰਸਦੇ ਜਾਂਦੇ, ਬੰਦਾ ਨਿਊਯਾਰਕ ਨਹੀਂ ਜਾਂਦਾ,
अगे भी चल के तो माहौल चेक करा दें। ये तो हो गई इन्हें टिकटा फुल, तो आ जाओ तुम नहीं आए तो हम साड़ी नहीं। ठीक है जी, जान दो बस न, फिर मिलते हैं जी अगली बस में। अभी वीडियो पसंद आई होनी, तो अच्छी जरा डिफरेंट जी वीडियो सी, देसी माहौल के अंदर बलैती चीजा विखाइया ने तुम्हें, तो माशाला बहुत ही खूबसूरत प्लेस है। एक दफा फिर चक्कर लगा तो इंशाला जी जबरदस्त तरीके विखावे। साढ़े को टाइम बड़ा थोड़ा सी, तो इंशाला मिलते हैं किसी और दिन किसी और जगह किसी और वीडियो। मैं दो इजाजत, अल्लाह हाफिज जनाब।